ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਅਨਜੋਪੜਾ ਤੁਹਾਡਾ ਸਾਰਿਆਂ ਦਾ ਅਜੀਤ ਬੁਲੇਟਿਨ ਦੇ ਵਿੱਚ ਸਵਾਗਤ ਕਰਦੀ ਹਾਂ ਖਬਰਾਂ ਦੇ ਵਿਸਤਾਰ ਤੋਂ ਪਹਿਲਾਂ ਝਾਤ ਮਾਰਾਂਗੇ ਅੱਜ ਦੀਆਂ ਚੋਣੀਆਂ ਖਬਰਾਂ ਤੇ ਸਿੱਧੂ ਮੂਸੇਵਾਲਾ ਦੇ ਦੋ ਮੋਬਾਈਲ ਫੋਨ ਤੇ ਪਿਸਟਲ ਪਰਿਵਾਰ ਨੇ ਅਦਾਲਤਾਂ ਰਾਹੀਂ ਲਏ ਵਾਪਸ ਘਟਾਰੂਚਕ ਮਾਮਲੇ ਵਿੱਚ ਐਨਸੀਐਸਸੀ ਵੱਲੋਂ ਮਾਨ ਸਰਕਾਰ ਨੂੰ ਤੀਜਾ ਨੋਟਿਸ ਜਾਰੀ ਆਪਰੇਸ਼ਨ ਸਾਕਾਰ ਨੀਲਾ ਤਾਰਾ ਦੀ ਵਰੇਗੜ ਐਨਆਈਏ ਵੱਲੋਂ ਛਾਪੇ ਮਾਰੀਆਂ हरियाणा के किसानों ने दिल्ली अमृतसर नेशनल हाईवे कीता जाम साका नीला तारा दी बरसी मोकेश यकाल तक त साहिब उत्ते पाए गए श्री अखंड पाठ साहिब दे पौग ਤੇ ਹੁਣ ਖਬਰਾਂ ਦਾ ਵਿਸਤਾਰ ਤੇ ਉਸ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਸਿੱਧੂ ਦੇ ਕਤਲ ਤੋਂ ਬਾਅਦ ਕਤਲ ਸਮੇਂ ਜੋ ਸਮਾਨ ਗੱਡੀ ਵਿੱਚੋਂ ਬਰਾਮਦ ਹੋਇਆ ਸੀ ਉਸ ਨੂੰ ਅਦਾਲਤਾਂ ਰਾਹੀਂ ਸਪਰਦਗੀ ਤੇ ਵਾਪਸ ਲੈ ਲਿਆ ਹੈ ਜਿਸ ਵਿੱਚ ਸਿੱਧੂ ਦੇ ਦੋ ਮੋਬਾਈਲ ਫੋਨ ਅਤੇ ਇੱਕ 45 ਬੋਰ ਦਾ ਪਿਸਤਲ ਸ਼ਾਮਿਲ ਹੈ ਅਦਾਲਤ ਨੇ ਸ਼ਰਤ ਰੱਖੀ ਹੈ ਕਿ ਇਹ ਹਰ ਪੇਸ਼ੀ ਤੇ ਅਦਾਲਤ ਲਿਖੋਣਾ ਲਾਜ਼ਮੀ ਹੋਵੇਗਾ ਅਤੇ ਪਿਸਤੌਲ ਤੇ 4 ਲੱਖ ਰੁਪਏ ਦੀ ਜ਼ਮਾਨਤ ਲਈ ਗਈ ਹੈ ਜਦੋਂ ਕਿ ਆਈਫੋਨ ਜਿਹੜਾ ਉਸਤੇ 1 ਲੱਖ ਦੀ ਜ਼ਮਾਨਤ ਦਿੱਤੀ ਗਈ ਹੈ ਅਦਾਲਤ ਨੇ ਆਦੇਸ਼ ਦਿੱਤਾ ਹੈ ਕਿ ਇਹਨਾਂ ਚੀਜ਼ਾਂ ਨੂੰ ਕੇਸ ਦੇ ਫੈਸਲੇ ਤੱਕ ਵੇਖ ਨਹੀਂ ਸਕਦੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਨੇ 45 ਬੋਰ ਦੀ ਪਿਸਤੌਲ ਖੁਦ ਲਿਆ ਹੈ ਅਤੇ ਉਹ ਇਸ ਨੂੰ ਆਪਣੇ ਲਾਇਸੈਂਸ ਤੇ ਰੱਖਣਾ ਚਾਹੁੰਦੀ ਹੈ ਐਡਵੋਕੇਟ ਲਖਨਪਾਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਵੱਲੋਂ ਅਦਾਲਤ ਰਾਹੀਂ ਪਿਸਤੌਲ ਨੂੰ ਲਿਆ ਗਿਆ ਹੈ ਅਤੇ ਹੁਣ ਇਸ ਨੂੰ ਆਪਣੇ ਲਾਇਸੈਂਸ ਉੱਤੇ ਚੜਾਉਣਾ ਚਾਹੁੰਦੇ ਹਨ ਉਹਨਾਂ ਦੱਸਿਆ ਕਿ ਸਿੱਧੂ ਮੁਸੇਵਾਲਾ ਦੇ 29 ਮਈ 2022 ਨੂੰ ਕਤਲ ਦੇ ਦੌਰਾਨ ਗੱਡੀ ਦੇ ਵਿੱਚ ਸਿੱਧੂ ਮੁਸੇਵਾਲਾ ਦੇ ਦੋ ਮੋਬਾਈਲ ਅਤੇ ਇੱਕ ਪਿਸਤੌਲ ਪੁਲਿਸ ਕੋਲ ਜਮ੍ਹਾਂ ਸਨ ਇਸ ਤੋਂ ਪਹਿਲਾਂ ਸਿੱਧੂ ਮੁਸੇਵਾਲਾ ਦੇ ਪਰਿਵਾਰ ਦੇ ਵੱਲੋਂ ਥਾਰ ਗੱਡੀ ਸੌਪਰਦਗੀ ਤੇ ਲਗਾਈ ਗਈ ਸੀ ਜਿਹੜਾ ਸ਼ੋਦੇਵ ਸਿੰਘ ਸਿੱਧੂ ਦਾ ਮੁਸੇਵਾਲੇ ਦਾ ਸੀਗਾ ਉਹ ਮੋਬਾਈਲ ਆਈਫੋਨ 13 ਸੀਗਾ ਜੀ ਉਹ ਬਲਕੌਰ ਸਿੰਘ ਬਣੀ ਐਪਲੀਕੇਸ਼ਨ ਲਾਈ ਗਈ ਸੀ ਜਿਹੜਾ ਕੋਰਟ ਨੇ ਰਿਲੀਜ਼ ਕੀਤਾ ਹੈ ਕੋਰਟ ਨੇ ਉਹਨਾਂ ਨੂੰ ਐਜਿਸਪੁਰਦਾਰੀ ਦਿੱਤਾ ਹੈ ਉਸ ਤੋਂ ਬਾਅਦ ਜਿਹੜਾ ਇੱਕ Oppo ਦਾ ਫੋਨ ਸੀਗਾ ਉਹ ਵੀ ਕੋਰਟ ਨੇ ਰਿਲੀਜ਼ ਕਰਤਾ ਐਜਿਸਪੁਰਦਾਰੀ 45 ਬੋਲ ਦਾ ਜਿਹੜਾ ਪਿਸਤਲ ਹੈਗਾ ਉਹ ਮਾਤਾ ਚਰਨ ਕੌਰ ਜੀ ਨੂੰ ਰਿਲੀਜ਼ ਕੀਤਾ ਪਰ ਚਲ ਨਹੀਂ ਇਹਦੇ ਵਿੱਚ ਕੰਡੀਸ਼ਨ ਇਹ ਹੈ ਵੀ ਜਿੰਨਾ ਟਾਈਮ ਇਹ ਕੇਸ ਚੱਲੂਗਾ ਨਾ ਤਾਂ ਉਹਦਾ ਰੰਗ ਬਦਲਣਾ ਨਾ ਉਹਨੂੰ ਵੇਚਣਾ ਤੇ ਹਰੇਕ ਕੋਰਟ ਦੇ ਉੱਤੇ ਮੋਬਾਈਲ ਤੇ ਜਿਹੜੇ ਪਿਸਤਲ ਲਗਾ ਉਹ ਪੇਸ਼ ਕਰਨਾ ਪੈਣਾ ਹੈ ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਾ ਕੋ ਉੱਪਰ ਲਗਾਏ ਗਏ ਜੀਸੀ ਸ਼ੋਸ਼ਣ ਦੇ ਦੋਸ਼ਾਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਤੀਜਾ ਨੋਟਿਸ ਜਾਰੀ ਕੀਤਾ ਹੈ ਕਿਉਂਕਿ ਰਾਜ ਸਰਕਾਰ ਦੇ ਅਗਾਊ ਨੋਟਿਸਾਂ ਦੇ ਬਾਵਜੂਦ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਵਿੱਚ ਅਸਫਲ ਰਹੀ ਹੈ ਤੀਸਰੇ ਨੋਟਿਸ ਦੇ ਵਿੱਚ ਐਨਸੀਐਸਸੀ ਨੇ ਰਾਜ ਸਰਕਾਰ ਦੇ ਮੁੱਖ ਸਖਤਰ ਡਾਇਰੈਕਟਰ ਜਨਰਲ ਪੁਲਿਸ ਅਤੇ ਡੀਆਈਜੀ ਬਾਰਡਰ ਜੋ ਅੰਮ੍ਰਿਤਸਰ ਨੂੰ ਨਿਰਦੇਸ਼ ਦਿੱਤੇ ਕਿ ਉਹ ਤੁਰੰਤ ਪੀੜਤ ਦੇ ਬਿਆਨ ਵੀਡੀਓ ਕਾਨਫਰੰਸ ਰਾਹੀਂ ਜਾਂ ਫਿਰ ਦਿੱਲੀ ਦੇ ਵਿੱਚ ਵਿਅਕਤੀਗਤ ਤੌਰ ਤੇ ਰਿਕਾਰਡ ਕਰੇ ਤੇ ਉਸ ਨੂੰ ਸੁਰੱਖਿਆ ਪ੍ਰਦਾਨ ਕਰੇ ਅਤੇ 12 ਜੂਨ ਤੱਕ ਕਾਰਵਾਈ ਰਿਪੋਰਟ ਪੇਸ਼ ਕੀਤੀ ਜਾਵੇ ਦੱਸਦੇ ਕਿ ਇਸ ਤੋਂ ਪਹਿਲਾਂ ਕਮਿਸ਼ਨ ਨੇ 5 ਮਈ ਨੂੰ ਪਹਿਲਾਂ ਅਤੇ 25 ਮਈ ਨੂੰ ਰਾਜ ਸਰਕਾਰ ਨੂੰ ਦੂਜਾ ਨੋਟਿਸ ਜਾਰੀ ਕੀਤਾ ਸੀ ਕੇਸ਼ਵ ਕੁਮਾਰ ਕੇ ਕੇਸ ਵਿੱਚ ਜਿਸ ਵਿੱਚ ਉਹਨਾਂ ਨੇ ਇੱਕ ਮੰਤਰੀ ਕੇ ਉੱਪਰ उनके साथ यौन शोषण का आरोप लगाया उसके बारे में क्योंकि वो केशव कुमार हमारे ऑफिस में आके उन्होंने अपनी कंप्लेंट दी कि मेरी जो स्टेटमेंट जो है मेरी रिकॉर्ड जो है वो रिकॉर्ड या तो वीडियो कॉन्फ्रेंस के रूप से कर ली जाए में कही जाए और अन्यथा दिल्ली में किसी को भी भेजती किसी भी पुलिस अधिकारी को भेज कर मेरी जो स्टेटमेंट है वो रिकॉर्ड करी जा सके क्योंकि ऐसे केसों में और भी जगह पे ऐसा होता रहा है इसलिए हमने भी पंजाब पुलिस को कहा है कि या तो उनको वीडियो कॉन्फ्रेंस के रूप से ये पत्र लिखा हमने तो उनकी जो स्टेटमेंट ली जाए ये 25 पाँच को हमने 25 पाँच 2023 को ये हमने लेटर लिखकर उनको कहा है कि इनकी या तो वीडियो कॉन्फ्रेंस के माध्यम से इनकी स्टेटमेंट लें अन्यथा दिल्ली में आकर ही इसकी स्टेटमेंट ली जाए ਸਾਕਾ ਨੀਲਾ ਤਾਰਾ ਦੀ ਵਰੇਗੜ ਮੌਕੇ ਕੌਮੀ ਜਾਂਚ ਏਜੰਸੀ ਨੇ ਵੱਡਾ ਐਕਸ਼ਨ ਕੀਤਾ ਐਨਆਈਏ ਨੇ ਅੱਜ ਪੰਜਾਬ ਤੇ ਹਰਿਆਣਾ ਦੇ ਖਾਲਿਸਤਾਨ ਸੰਗਠਨ ਨਾਲ ਜੁੜੇ ਵਿਅਕਤੀਆਂ ਦੇ ਉੱਤੇ 10 ਟਿਕਾਣਿਆਂ ਤੇ ਛਾਪੇ ਮਾਰੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 6 ਵਜੇ ਤੋਂ 9 ਵਜੇ ਤੱਕ ਛਾਪੇ ਮਾਰੀ ਚੱਲੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਉਹ ਮੇਲਿਆਂ ਦੇ ਵਿੱਚ ਖਿਡੌਣੇ ਵਿਚਨ ਦਾ ਕੰਮ ਕਰਦਾ ਸੀ ਕਿਸਾਨ ਯੂਨੀਅਨ ਚੜੂਨੀ 그룹 ਦੇ ਕੋਮੀ ਪ੍ਰਦਾਨ ਗੁਰਨਾਮ ਸਿੰਘ ਚੜੂਨੀ ਨੇ ਹੋਰ ਕਿਸਾਨਾਂ ਨਾਲ ਮਿਲ ਕੇ ਅੱਜ ਸ਼ਾਬਾਦ ਵਿੱਚ ਸੜਕ ਜਾਮ ਕਰ ਦਿੱਤੀ ਦਰਅਸਲ ਹਰਿਆਣਾ ਦੇ ਕੁਰੂਕhetra ਅਤੇ ਰਾਜਤਾਨੀ ਚੰਡੀਗੜ੍ਹ ਦੇ ਸ਼ੁਕਰਵਾਰ ਨੂੰ ਕਿਸਾਨਾਂ ਅਤੇ ਅਧਿਕਾਰੀਆਂ ਵਿਚਾਲੇ ਘਟੋਂ ਘਟ ਸਮਰਥਨ ਮੁੱਲ ਉਤੇ ਸੂਰਜਮੁਖੀ ਖਰੀਦਨ ਅਤੇ ਭਾਵਾਂ ਅੰਤਰ ਯੋਜਨਾ ਦੇ ਤਹਿਤ ਇਸ ਨੂੰ ਨਾ ਵੇਚਣ ਨੂੰ ਲੈ ਕੇ ਬੈਠਕ ਹੋਈ ਸੀ ਇਸ ਮੀਟਿੰਗ ਵਿੱਚ ਕਿਹਾ ਗਿਆ ਸੀ ਕਿ ਜੇਕਰ ਸਮੱਸਿਆ ਦਾ ਕੋਈ ਹੱਲ ਨਾ ਹੋਇਆ ਤਾਂ 6 ਜੂਨ ਨੂੰ ਸ਼ਬਾਦ ਵਾਧ ਵਿਖੇ ਚੱਕਾ ਜਾਮ ਕਰਨਗੇ ਕਿਸਾਨਾਂ ਦੀਆਂ ਮੰਗਾ ਪੂਰੀਆਂ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਸੜਕ ਨੂੰ ਜਾਮ ਕਰ ਦਿੱਤਾ ਗਿਆ ਖਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਧਰਨਾ ਜਾਰੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੀ ਵਰਸੀ ਮੌਕੇ ਚੜ੍ਹ ਰਏ ਸ਼੍ਰੀ ਕੰਡ ਪਾਠ ਦੇ ਭੋਗ ਪਾਏ ਗਏ ਹਨ ਪਿਛਲੇ 2 ਦਿਨਾਂ ਤੋਂ ਸ਼੍ਰੀ ਹਰਮਿੰਦਰ ਸਾਹਿਬ ਦੇ ਆਲੇ ਦੁਆਲੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਇਸ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਦਿੰਦਿਆਂ ਕਿਹਾ ਕਿ ਸਾਰੇ ਸਿੱਖਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੇਠਾਂ ਇਕੱਠੇ ਹੋਣ ਦੀ ਲੋੜ ਹੈ ਉਹਨਾਂ ਕਿਹਾ 1984 ਦੀ ਤ੍ਰਾਸਦੀ ਸਾਨੂੰ ਹੋਰ ਮਜ਼ਬੂਤ ਕਰਦੀ ਹੈ ਜਿੰਨਾ ਜ਼ਿਆਦਾ ਸਾਨੂੰ 1984 ਦੀ ਯਾਦ ਕਰਵਾਇਆ ਜਾਵੇਗਾ ਅਸੀਂ ਉਹਨਾਂ ਕੀ ਮਜ਼ਬੂਤ ਹੁੰਦੇ ਜਾਵਾਂਗੇ ਅੱਜ ਅਸੀਂ ਸਾਲ 1984 ਦੇ ਵਿੱਚ ਜੋ ਦੁਖਾਂਤ ਵਾਪਰਿਆ ਹੈ ਕੱਲੂ ਘਾਰੇ ਦਾ ਉਹਦੀ ਯਾਦ ਦੇ ਵਿੱਚ ਜੁੜੇ ਬੈਠੇ ਆਂ ਉਸ ਵੇਲੇ ਦੀ ਭਾਰਤ ਸਰਕਾਰ ਨੇ ਇਸ ਦਿਨ 1984 ਦੇ ਵਿੱਚ ਸਾਡੇ ਪਿੰਡੇ ਤੇ ਝਰੀਟਾਂ ਨਹੀਂ ਮਾਰੀਆਂ ਪਿੰਡੇ ਤੇ ਲਗੀਆਂ ਚਰੀਟਾਂ ਦੇ ਜ਼ਖਮ ਜਿਹੜੇ ਆ ਉਹ ਮਿਟ ਜਾਂਦੇ ਹੁੰਦੇ ਆ ਉਹਨੇ ਸਾਡੇ ਦਿਲਾਂ ਦੇ ਉੱਤੇ ਡੂੰਘੇ ਜ਼ਖਮ ਕੀਤੇ ਆ ਔਰ ਇਹ ਜਿਹੜੇ ਡੂੰਘੇ ਜ਼ਖਮ ਹੈ ਇਹ ਭਰਨੇ ਨਹੀਂ ਆ ਸੂਰਜ ਪੱਛਮ ਤੋਂ ਚੜ੍ਹ ਸਕਦਾ ਹੈ ਸਮੁੰਦਰ ਸੁੱਕ ਸਕਦੇ ਆ ਧਰਤੀ ਹਿੱਲ ਸਕਦੀ ਹੈ ਪਰ ਜੇ ਭਾਰਤ ਸਰਕਾਰ ਚਾਹੁੰਦੀ ਹੈ ਨਾ ਕਿ ਸਿੱਖ 84 ਭੁੱਲ ਜਾਣ ਤੇ ਇਹ 84 ਭੁੱਲੀ ਨਹੀਂ ਜਾਣੀ ਕਿ ਜ਼ਖਮ ਬੜੇ ਗਹਿਰੇ ਜ਼ਖਮ ਬੜੇ ਡੂੰਗੇ ਵਿਜੀਲੈਂਸ ਨੇ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਘਲਾ ਦੇ ਪਟਿਆਲਾ ਸਥਿਤ ਘਰ ਤੇ ਛਾਪੇਮਾਰੀ ਕੀਤੀ ਹੈ ਵਿਜੀਲੈਂਸ ਦੀਆਂ ਟੀਮਾਂ ਅੱਜ ਸਵੇਰੇ ਹੀ ਉਹਨਾਂ ਦੇ ਘਰ ਪਹੁੰਚ ਗਈਆਂ ਸਿੰਘਲਾ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਜਾਂਚ ਚੱਲ ਰਹੀ ਹੈ ਇਸ ਤੋਂ ਪਹਿਲਾਂ ਵਿਜੀਲੈਂਸ ਨੇ ਸੰਗਰੂਰ ਵਿੱਚ ਵੀ ਉਹਨਾਂ ਤੋਂ ਪੁੱਛਗਿੱਛ ਕੀਤੀ ਸੀ ਪੰਜਾਬ ਸਰਕਾਰ ਨੂੰ ਉਸ ਦੀ ਆਮਦਨ ਤੋਂ ਵੱਧ ਜਾਇਦਾਦ ਅਤੇ 5 ਕਰੋੜ ਰੁਪਏ ਤੋਂ ਵੱਧ ਦੇ ਟੈਂਡਰਾਂ ਦੇ ਵਿੱਚ ਕਪਲੇ ਹੋਣ ਦਾ ਸ਼ੱਕ ਹੈ ਫਿਲਹਾਲ ਸਿੰਘਨਾ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਮੀਟਿੰਗ ਦੇ ਵਿੱਚ ਅੱਜ ਜ਼ਬਰਦਸਤ ਹੰਗਾਮਾ ਹੋਇਆ ਇਸ ਹੰਗਾਮੇ ਦੇ ਵਿੱਚ ਆਪ ਕੌਂਸਲਰ ਅਤੇ ਸੰਸਦ ਮੈਂਬਰ ਕਿਰਨ ਖੇਰ ਆਮੋ-ਸਾਮਨੇ ਹੋ ਗਏ ਕਿਰਨ ਖੇਰ ਨੇ ਪ੍ਰਧਾਨ ਮੰਤਰੀ ਵਿਰੋਧਕ ਗਲਤ ਸ਼ਬਦਾਵਲੀ ਵਰਤਣ ਦਾ ਦੋਸ਼ ਲਗਾਇਆ ਹੈ ਜਿਸ ਤੋਂ ਬਾਅਦ ਭਾਜਪਾ ਕੌਂਸਲਰ ਨਾ ਨੇ ਜਿਹੜਾ ਆਪ ਪਾਰਟੀ ਖਿਲਾਫ ਨਾਰੇਬਾਜ਼ੀ ਕੀਤੀ ਮੀਟਿੰਗ ਸ਼ੁਰੂ ਹੁੰਦੇ ਹੀ ਤ ਤਰੁਨਾ ਮਹਿਤਾ ਦੇ ਕਾਂਗਰਸ ਚ ਸ਼ਾਮਿਲ ਹੋਣ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਨੇ ਪ੍ਰਦਰਸ਼ਨ ਕੀਤਾ ਇਸ ਦੇ ਨਾਲ ਹੀ ਕਾਂਗਰਸ ਨੇ ਡੰਪਿੰਗ ਕਾਉਂਡ ਦੇ ਮੁੱਦੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰ ਨੇ ਦੋਸ਼ ਲਾਇਆ ਕਿ ਸੰਸਦ ਮੈਂਬਰ ਕਿਰਨ ਖੇੜ ਨੇ ਉਹਨਾਂ ਦੀ ਸੀਟ ਨੇੜੇ ਜਾ ਕੇ ਉਹਨਾਂ ਦੇ ਨਾਲ ਦੁਰਵਿਵਾਰ ਕੀਤਾ ਹੈ ਹਾਊਸ ਵੱਲੋਂ ਆਪ ਕੌਂਸਲਰਾਂ ਨੂੰ ਮੀਟਿੰਗ ਤੋਂ ਸਸਪੈਂਡ ਕਰ ਦਿੱਤਾ ਗਿਆ ਕਪੂਰਥਲਾ ਪੁਲਿਸ ਵੱਲੋਂ 2 ਤੇ 3 ਜੂਨ ਦੀ ਦਰਮਿਆਨੀ ਰਾਤ ਨੂੰ ਵੈਸਟਰਨ ਯੂਨੀਅਨ ਦੀਆਂ ਦੁਕਾਨਾਂ ਵਿੱਚ ਚੋਰੀ ਕਰਨ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 7 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ ਕਪੂਰਥਲਾ ਪੁਲਿਸ ਨੇ 3 ਜੂਨ ਨੂੰ ਇੱਕ ਮਨੀ ਐਕਸਚेंजर ਦੀ ਦੁਕਾਨ ਤੇ ਦੇਰ ਰਾਤ ਹੋਈ ਚੋਰੀ ਦੀ ਘਟਨਾ ਨੂੰ ਸੁਲਝਾਉਂਦੇ ਦਾ ਹੋਇਆ ਦਾਅਵਾ ਕੀਤਾ ਹੈ ਪੁਲਿਸ ਅਨੁਸਾਰ ਰਾਤ ਸਮੇਂ ਕਪੂਰਥਲਾ ਦੇ ਬੱਸ ਆਡੀ ਨੇੜੇ ਇੱਕ ਮਨੀ ਐਕਸਚेंजर ਦੀ ਦੁਕਾਨ ਤੇ ਤਾਲੇ ਤੋੜ ਕੇ ਦੋ ਵਿਅਕਤੀਆਂ ਦੁਕਾਨ ਦੇ ਅੰਦਰੋਂ ਲੱਖਾਂ ਰੁਪਏ ਦੀ ਭਾਰਤੀ ਕਰੰਸੀ ਚੋਰੀ ਕਰਕੇ ਲੈ ਗਏ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਜਿਸ ਤੇ ਕਾਰਵਾਈ ਕਰਦਿਆਂ ਜਲੰਧਰ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਕਾਬੂ ਕੀਤਾ ਹੈ ਜੋ ਦੋਵੇਂ ਰਿਸ਼ਤੇਦਾਰੀ ਚ ਸਕੇ ਭਰਾ ਸਨ ਪੁਲਿਸ ਨੇ 7 ਲੱਖ ਦੀ ਨਕਦੀ ਵੀ ਬਰਾਮਦ ਕੀਤੀ ਹੈ ਜੂਨ 2 ਤੇ 3 ਦੀ ਦਰਮਿਆਨੀ ਰਾਤ ਨੂੰ ਇੱਥੇ ਬੱਸ ਸਟੈਂਡ ਦੇ ਸਾਹਮਣੇ ਇੱਕ ਦੁਕਾਨ ਹੈ ਟ੍ਰੇਵਲ ਏਜੰਸੀ ਨਾਲ ਉਹ ਮਨੀ ਚੈਂਜਰ ਦਾ ਵੀ ਕੰਮ ਕਰਦਾ ਦੇ ਉਹਦੀ ਦੁਕਾਨ ਦੇ ਵਿੱਚ ਰਾਤ ਨੂੰ ਸ਼ਟਰ ਜਿਹੜਾ ਹੈਗਾ ਤੋੜ ਕੇ अराउंड 7 ਲੱਖ ਦੀ ਨਗਦੀ ਤੇ ਮੋਬਾਈਲ ਫੋਨ ਚੋਰੀ ਹੋਇਆ ਸੀਗਾ ਉਹ ਅਸੀਂ ਸਾਡੇ ਸਰਦਾਰ ਜਿਹੜੇ ਰਾਜਪਾਲ ਸਿੰਘ ਸੰਧੂ ਐਸਐਸਪੀ ਕਬੂਤਲਾ ਜੀ ਦੇ ਦੇਸ਼ਾਂ ਨਿਰਦੇਸ਼ ਜਿਹੜਾ ਸੀ ਉਦੋਂ ਹੀ ਜੀ ਸਾਡੀ ਟੀਮਾਂ ਹੈਗੀਆਂ ਨੇ ਸੀਆਈਏ ਦੀ ਟੀਮ ਤੇ ਟੈਕਨੀਕਲ ਸੈਲ ਦੀ ਟੀਮ ਸਾਡੀ ਡੀਐਸਪੀ ਡੀ ਸਾਹਿਬ ਦੇ ਨਿਗਰਾਨੀ ਹੇਠ ਦੇ ਡੀਐਸਪੀ ਸਿਟੀ ਇਹਨਾਂ ਦੇ ਨਿਗਰਾਨੀ ਹੇਠ ਸਾਡੀਆਂ ਟੀਮਾਂ ਨੇ ਉਦੋਂ ਹੀ ਜਿਹੜਾ ਹੈ ਤੇ ਵਰਕਅਪ ਕਰਨਾ ਸਟਾਰਟ ਕੀਤਾ ਸਾਨੂੰ ਜਿਹੜੇ ਤਿੰਨ ਦਿਨਾਂ ਦੇ ਵਿੱਚ ਵਿੱਚ ਹੀ ਅਸੀਂ ਇਹ ਜਿਹੜੀ ਵਾਰਦਾਤ ਸੀਗੀ ਚੋਰੀ ਦੀ ਇਹ ਅਸੀਂ ਟਰੇਸ ਆਊਟ ਕਰ ਲਈ ਹੈ ਇਹਦੇ ਵਿੱਚ ਅਸੀਂ 7 ਲੱਖ ਰੁਪਏ ਜਿਹੜਾ ਹੈਗਾ ਤੇ ਇੱਕ ਮੋਬਾਈਲ ਫੋਨ ਅਸੀਂ ਇੱਥੇ ਬਰਾਮਦ ਕੀਤਾ ਹੈ ਤੇ ਦੋ ਦੋਸ਼ੀ ਜਿਹੜੇ ਹੈਗੇ ਅਸੀਂ ਗ੍ਰਿਫਤਾਰ ਕੀਤੇ ਹੈ ਬਠਿੰਡਾ ਦੇ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੂੰ ਜਿੱਥੇ ਅਪੀਲ ਕੀਤੀ ਸੀ ਕਿ ਉਹ ਉਹਨਾਂ ਸੈਂਕੜੇ ਪੰਜਾਬੀਆਂ ਦਾ ਭਵਿੱਖ ਬਚਾਉਣ ਜਿਨ੍ਹਾਂ ਨੂੰ ਫਰਜ਼ੀ ਸਿੱਖਿਆ ਸੇਵਾਵਾਂ 에ਜੈਂਟਾਂ ਨੇ ਠੱਗੀ ਨਾਲ ਫਰਜ਼ੀ ਪੱਤਰ ਦਿੱਤੇ ਤੇ ਉਹਨਾਂ ਉਹਨਾਂ ਨੂੰ ਵਾਪਸ ਭਾਰਤ ਭੇਜੇ ਜਾਣ ਦੀ ਤਲਵਾਰ ਉਹਨਾਂ ਸਿਰ 'ਤੇ ਲਟਕ ਰਹੀ ਹੈ। ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਧਰਨੇ ਤੇ ਬੈਠੇ ਵਿਦਿਆਰਥੀ ਵਿਦਿਆਰਥੀਆਂ ਦੇ ਨਾਲ ਹੈ ਉਹਨਾਂ ਵੱਲੋਂ ਇਸ ਸੰਬੰਧੀ ਕੇਂਦਰੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨਾਲ ਈਮੇਲ ਰਾਹੀਂ ਸੰਪਰਕ ਕੀਤਾ ਗਿਆ ਅਤੇ ਉਹਨਾਂ ਨੂੰ ਮਾਮਲੇ ਵਿੱਚ ਜਲਦ ਦਖਲ ਦੇ ਕੇ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਦੀ ਗੱਲ ਆਖੀ ਗਈ ਹੈ ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਕਈ ਵਿਦਿਆਰਥੀਆਂ ਨੂੰ ਕਾਗਜ਼ਾਂ ਵਿੱਚ ਹਿਰਫੇਰ ਹੋਣ ਕਾਰਨ ਕੈਨੇਡਾ ਸਰਕਾਰ ਵੱਲੋਂ ਡਿਪੋਰਟ ਕਰਨ ਦੀ ਗੱਲ ਕਹੀ ਗਈ ਸੀ ਜਿਸ ਸੰਬੰਧੀ ਹੁਣ ਵਿਦਿਆਰਥੀਆਂ ਵੱਲੋਂ ਧਰਨਾ ਲਗਾ ਕੇ ਰੋਜ਼ ਜਤਾਇਆ ਜਾ ਰਿਹਾ ਹੈ ਜਿੰਦ ਦੀ ਮੰਤੀ ਨੂੰ ਇੱਕ ਲੈਟਰ ਲਿਖਿਆ ਕਿ ਤੁੰਤ ਸੈਂਟਰ ਗਵਰਨਮੈਂਟ ਹਰਕਤ ਚ ਆ ਕੇ ਕੈਨੇਡਾ ਗਵਰਨਮੈਂਟ ਨਾਲ ਗੱਲ ਕਰਕੇ ਜਿਹੜੇ ਬੱਚੇ ਜਿਨ੍ਹਾਂ ਦਾ ਧੋਖਾ ਆਇਆ ਜਾਲ ਸਾਜੀ ਹੋਈ ਹੈ ਇੱਕ ਏਜੰਟ ਦੇ ਧੋਖਾ ਕਰਕੇ ਉਹਨਾਂ ਨੂੰ ਉੱਥੇ ਫਸਾ ਦਿੱਤਾ ਤੇ ਬੱਚੇ ਉੱਥੇ ਧਰਨਾ ਲਾ ਦੇ 700 ਬੱਚਾ ਉਹਨਾਂ ਦੇ ਪੂਖੇ ਨਾਲ ਖਲਵਾੜ ਹੋ ਗਿਆ ਉਹਨਾਂ ਦੇ ਪੈਸੇ ਵੀ ਬਰਬਾਦ ਹੋ ਗਏ ਸਭ ਕੁਝ ਬਰਬਾਦ ਹੋ ਗਿਆ ਮੇਰੀ ਬੇਨਤੀ ਹੈ ਕਿ ਕੇਂਦਰੀ ਮੰਤਰੀ ਕਿਉਂਕਿ ਅਸੀਂ ਸਿੱਧੀ ਉੱਚ ਦਖਲਅਧੀ ਦੀ ਕਰ ਸਕਦੇ ਥੂ ਕੇਂਦਰੀ ਸਰਕਾਰੀ ਕਰ ਸਕਦੇ ਕੇਂਦਰੀ ਮੰਤਰੀ ਸਿੱਧਾ ਕੈਨੇਡਾ ਗਵਰਨਮੈਂਟ ਨਾਲ ਗੱਲ ਕਰਕੇ ਉਹਨਾਂ ਬੱਚਿਆਂ ਦੀ ਇੱਕ ਦੇ ਡੈਪੂਟੇਸ਼ਨ ਦੋਕੇ ਇੱਕ ਜਿਸ ਟਰੈਵਲ ਏਜੰਸੀ ਦੇ ਰਾਹੀਂ ਹੋ ਕੇ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇ ਇਹ ਮੈਂ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੇ ਕੋਲੋਂ ਮੰਗ ਕਰਦਾ ਕਿਉਂਕਿ ਉਹ ਟਰੈਵਲ ਏਜੰਟ ਜਿਹਨੇ ਇੱਕ ਬੱਚੇ ਭੇਜਿਆ ਉਹ ਪੰਜਾਬ ਦਾ ਸੀਗਾ ਬਾਹਰ ਲਿਕੇਸ ਫੇਟ ਤੇ ਮੈਂ ਮੰਗ ਕਰਦਾ ਕੋ ਬੰਦੇ ਨੂੰ جیل ਚ ਸੁੱਟਿਆ ਜਾਵੇ ਇਹਨਾਂ ਬੱਚਿਆਂ ਦੇ ਜਿਹੜੇ ਪੈਸੇ ਆ ਉਹਨਾਂ ਕਵਰ ਕੀਤੇ ਜਾ ਔਰ ਦਖਲਅੰਦਾਜ਼ੀ ਕਰਕੇ ਸੈਂਟਰ ਗਵਰਨਮੈਂਟ ਨੂੰ ਦਖਲਅੰਦਾਜ਼ੀ ਕਰਕੇ ਉਹਨਾਂ ਬੱਚਿਆਂ ਦੀ ਜਿਹੜੀ ਡੈਪੂਟੇਸ਼ਨ ਹੋਵੇ ਖਾਲਿਸਤਾਨ ਮੁੱਦੇ ਸੰਬੰਧੀ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਟਵੀਟ ਕੀਤਾ ਹੈ ਆਪਣੇ ਟਵੀਟ ਵਿੱਚ ਉਹਨਾਂ ਕਿਹਾ ਕਿ ਨਾ ਤਾਂ ਖਾਲਿਸਤਾਨ ਦਾ ਕੋਈ ਵजूद ਹੈ ਅਤੇ ਨਾ ਹੀ ਭਾਰਤ ਦਾ ਕੋਈ ਨਾਗਰਿਕ ਇਸ ਦੀ ਹਮਾਇਤ ਕਰਦਾ ਹੈ ਉਹਨਾਂ ਕਿਹਾ ਕਿ ਖਾਲਿਸਤਾਨ ਦਾ ਵਿਰੋਧੀ ਰਾਜਾ ਵੜਿੰਗ ਅੱਜ ਵੀ ਹੈ ਅਤੇ ਕੱਲ ਵੀ ਰਹੇਗਾ ਉਹਨਾਂ ਸਪਸ਼ਟ ਕੀਤਾ ਕਿ ਨਾ ਖਾਲਿਸਤਾਨ ਬੰਨਣਾ ਹੈ ਅਤੇ ਨਾ ਹੀ ਅਸੀਂ ਬਨਣ ਦੇਵਾਂਗੇ ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ ਦਾ ਇਹ ਸੀ ਅੱਜ ਦੀਆਂ ਕੁਝ ਖਾਸ ਖਬਰਾਂ ਇਸੇ ਤਰ੍ਹਾਂ ਹੋਰ ਖਬਰਾਂ ਲੈ ਕੇ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਦੇਖਦੇ ਰਹੋ ਅਜੀਤ ਵੈਬ ਟੀਵੀ